ਹਾਂਜੀ ਨਮਸਕਾਰ ਜੀ ਸਵਾਗਤੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੀ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਪੁਲਿਸ ਹੈੱਡ ਕਨਸਟੇਬਲ ਦੀ ਜਿਹੜੀ ਤੁਹਾਡੀ ਸੈਲਰੀ ਹੈ ਉਹ ਕਿੰਨੀ ਰਹੇਗੀ ਬੇਸਿਕ ਪੇ ਕਿੰਨੀ ਰਹੇਗੀ ਉਸ ਤੋਂ ਬਾਅਦ ਇਨ ਹੈਂਡ ਸੈਲਰੀ ਕਿੰਨੀ ਮਿਲੂਗੀ 3 ਸਾਲ ਬਾਅਦ 4 ਸਾਲ ਬਾਅਦ ਇਨਕਰੀਮੈਂਟ ਲੱਗਣ ਤੋਂ ਬਾਅਦ ਕਿੰਨੀ ਤੁਹਾਡੀ ਸੈਲਰੀ ਜਿਹੜੀ ਉਹ ਹੋਵੇਗੀ ਉਹਦੀ ਆਪਾਂ ਗੱਲ ਕਰਾਂਗੇ ਤਾਂ ਦੇਖੋ ਤੁਹਾਨੂੰ ਪਤਾ ਹੈ ਕਿ ਤੁਹਾਡੀ ਬੇਸਿਕ ਪੇ ਕਿੰਨੀ ਹੈ ਉਹ 25500 ਬੇਸਿਕ ਪੇ ਜੇਕਰ ਹੈੱਡ ਕਨਸਟੇਬਲ ਦੀ ਗੱਲ ਕਰੀਏ ਉਹਦੇ ਵਿੱਚੋਂ ਤੁਹਾਡਾ ਜਿਹੜਾ ਹੈਗਾ ਐਨਪੀਐਸ ਕੱਟੂਗਾ 10% ਯਾਨੀ ਕਿ 2550 ਰੁਪਏ ਤੁਹਾਡੇ ਐਨਪੀਐਸ ਦੇ ਕਟਣਗੇ 22950 ਰੁਪਏ ਤੁਹਾਡੀ ਤਨਖਾਹ ਮਿਲੀ ਉਹਦੇ ਵਿੱਚੋਂ ਜੀਆਈਐਸ ਇੰਸ਼ੋਰੈਂਸ ਦੇ 120 ਰੁਪਏ ਤੁਹਾਡੇ ਹਰ ਮਹੀਨੇ ਕਟਿਆ ਕਰਨਗੇ ਉਸ ਤੋਂ ਬਾਅਦ ਜਿਹੜੀ ਇਨ ਹੈਂਡ ਸੈਲਰੀ ਆਈਏ ਉਹ 22830 ਰੁਪਏ ਤੁਹਾਨੂੰ ਮਿਲਾ ਕਰੂਗੀ ਇਹ 3 ਸਾਲ ਤੱਕ ਮਿਲੂਗੀ ਇਹਦੇ ਵਿੱਚ ਕੋਈ ਇਨਕ੍ਰੀਮੈਂਟ ਨਹੀਂ ਲੱਗੇਗਾ ਕੋਈ ਡੀਏ ਐਚਆਰਏ ਟੀਏ ਕੁਝ ਵੀ ਨਹੀਂ ਤੁਹਾਨੂੰ ਇਹਦੇ ਵਿੱਚ ਮਿਲੇਗਾ 3 ਸਾਲ ਤੱਕ ਤੁਹਾਨੂੰ ਹਰ ਮਹੀਨੇ 22830 ਰੁਪਏ ਜਿਹੜੇ ਉਸ ਤੋਂ ਬਾਅਦ ਗੱਲ ਕਰਦੇ ਆ ਆਪਾਂ 3 ਸਾਲ ਤੋਂ ਬਾਅਦ ਜਦੋਂ ਤੁਹਾਡਾ ਇਨਕਰੀਮੈਂਟ ਲੱਗੇਗਾ ਡੀਏ ਐਚ ਆਰ ਐ ਤੁਹਾਨੂੰ ਸਾਰਾ ਕੁਝ ਮਿਲਣਾ ਸ਼ੁਰੂ ਹੋਵੇਗਾ ਉਹਦੇ ਬਾਰੇ ਤਾਂ ਦੇਖੋ 25500 ਤੁਹਾਡੀ ਬੇਸਿਕ ਪੇ ਜਿਹੜੀ ਹੈਗੀ ਹੈ ਇਹ ਹੈ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਡੀਏ ਵਧਾਤਾ 34% ਸੀਗਾ ਪਹਿਲਾਂ ਹੁਣ 38% ਜਿਹੜਾ ਡੀਏ ਉਹ ਕਰਤਾ ਉਸ ਤੋਂ ਬਾਅਦ ਕੀ ਕਰਿਆ 38% ਡੀਏ ਵਧਣ ਤੋਂ ਬਾਅਦ ਤੁਹਾਡੀ ਕਿੰਨੀ ਬਣਗੀ 9690 ਰੁਪਏ ਜਿਹੜੀ ਤੁਹਾਡੀ ਤਨਖਾਹ ਹੈ ਉਹ ਇਹਦੇ ਵਿੱਚ ਹੋਰ ਐਡ ਹੋ ਜਾਣਗੇ 25500 ਦੇ ਵਿੱਚ ਤੇ ਜਿਹੜਾ ਐਚ ਆਰਏ ਹੈ ਉਹ ਸਿਟੀ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਹੈ ਬੇਸਿਕ ਆਪਾਂ ਨੋਰਮਲ ਦੀ ਗੱਲ ਕਰੀਏ ਤਾਂ 8% 10% 12 16% ਇਹ ਸਿਟੀ ਦੇ ਹਿਸਾਬ ਨਾਲ ਹੁੰਦਾ ਹੈ ਇਹਦੇ ਵਿੱਚ ਜਿਹੜਾ ਐਚ ਆਰਏ ਤੁਹਾਡਾ ਉਹ 10% ਲੱਗੂ ਆਪਾਂ ਨੋਰਮਲ ਜੇਕਰ ਮੰਨ ਕੇ ਚੱਲੀਏ ਤਾਂ 25500 ਦਾ ਜਿਹੜਾ 10% ਹੈ ਉਹ 2550 ਰੁਪਏ ਤੁਹਾਡੇ ਹੋਰ ਇਹਦੇ ਵਿੱਚ ਐਡ ਹੋ ਜਾਣਗੇ ਉਸ ਤੋਂ ਬਾਅਦ ਇਹਦੇ ਵਿੱਚ 37740 ਰੁਪਏ ਬਣਗੇ ਤੇ ਮੈਡੀਕਲ ਅਲੋਇנס ਫੋਨ ਅਲੋਇנס ਤੇ ਕਨਵੀਨੀਅன்ஸ் ਅਲੋਇנס ਜਿਹੜੇ ਹੈਗੇ ਨੇ ਉਹ ਵੀ ਤੁਹਾਡੇ ਐਡ ਹੋਣਗੇ ਇਹਦੇ ਵਿੱਚ ਮੈਡੀਕਲ ਜਿਹੜਾ ਹੈਗਾ ਉਹ 800 ਰੁਪਏ ਫੋਨ ਜਿਹੜਾ ਹੈਗਾ ਮੋਬਾਈਲ ਅਲੋਇנס 500 ਰੁਪਏ ਤੇ ਕਨਵੀਨੀਅன்ஸ் ਅਲੋਇנס 500 ਰੁਪਏ ਤੁਹਾਨੂੰ ਮਿਲਣਗੇ ਜਿਹੜੇ ਮੈਡੀਕਲ ਫੋਨ ਤੇ ਕਨਵੀਨੀਅன்ஸ் ਅਲੋਇנס ਹੈ ਇਹ ਤੁਹਾਡੀ ਜਿੰਨੀ ਸਾਲ ਦੀ ਸਰਵਿਸ ਹੋ ਗਈ ਉਹਦੇ ਹਿਸਾਬ ਨਾਲ ਇਹ ਇਨਕਰੀਜ਼ ਹੁੰਦੇ ਰਹਿੰਦੇ ਨੇ ਪਰ ਬੇਸਿਕ ਜਦੋਂ ਨੋਰਮਲ ਹੈ ਸਭ ਤੋਂ ਘੱਟ ਵਾਲੇ ਉਹ ਇਹ ਤੁਹਾਨੂੰ ਮਿਲਣਗੇ ਫਾਈਨਲ ਕਿੰਨੀ ਬਣ ਗਈ ਤੁਹਾਡੀ ਬਣ ਗਈ 39540 ਇਹ ਤੁਹਾਡੀ ਸੈਲਰੀ ਬਣ ਗਈ 3 ਸਾਲ ਤੋਂ ਪ੍ਰੋਬੇਸ਼ਨ ਤੋਂ ਬਾਅਦ ਚੌਥੇ ਸਾਲ ਦੀ ਸੈਲਰੀ ਇੰਨੀ ਬਣੇਗੀ ਉਹਦੇ ਵਿੱਚ ਕੀ ਹੋਊਗਾ ਹੁਣ 10% ਇਹਦੇ ਵਿੱਚੋਂ ਵੀ ਕਟੂਗਾ 10% ਦਾ ਤਿੰਨ ਕਿੰਨਾ ਕੱਟ ਗਿਆ ਤੁਹਾਡਾ 3954 ਰੁਪਏ ਤੁਹਾਡੇ ਇਹ ਕੱਟੇ ਗਏ ਉਸ ਤੋਂ ਬਾਅਦ ਜੀਏਐਸ 120 ਰੁਪਏ ਓਵਿਕ ਉਹ ਇਹ ਵੀ ਕਟੂਗਾ ਤੁਹਾਡਾ ਯਾਨੀ ਕਿ ਤੁਹਾਡੇ ਇਨ ਹੈਂਡ ਆਏ 35466 ਰੁਪਏ ਇਨ ਹੈਂਡ ਤੁਹਾਡੀ ਤਨਖਾਹ ਚੌਥੇ ਸਾਲ ਤੁਹਾਡੀ ਤਨਖਾਹ ਇੰਨੀ ਹੋਵੇਗੀ ਤੇ ਜਿਹੜਾ ਤੁਹਾਡਾ ਇਹ 10% ਕੱਟ ਰਿਹਾ ਹੈ 10% ਕੱਟਣ ਤੋਂ ਬਾਅਦ ਇਹ ਕੀ ਹੈ ਜਿੰਨਾ ਤੁਹਾਡਾ ਕੱਟਦਾ ਹੈ ਇਹਦਾ 1.5 ਗੁਣਾ ਜਿਹੜੀ ਸਰਕਾਰ ਹੈ ਤੁਹਾਡੇ ਖਾਤੇ ਵਿੱਚ ਪਾਉਂਦੀ ਹੈ ਐਨਪੀਐਸ ਜਿਹਨੂੰ ਆਪਾਂ ਕਹਿੰਦੇ ਐਨਪੀਐਸ ਕਰਦਾ ਨਿਊ ਪੈਨਸ਼ਨ ਸਕੀਮ ਦੇ ਅਧੀਨ ਤਾਂ 35466 ਰੁਪਏ ਤੁਹਾਡੇ ਇਨ ਹੈਂਡ ਜਿਹੜੀ ਤਨਖਾਹ ਉਹ ਹੋਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਚੌਥਾ ਸਾਲ ਹੋ ਗਿਆ ਆਫਟਰ ਚੌਥੇ ਆਫਟਰ 4th ਇਅਰ ਯਾਨੀ ਕਿ ਪੰਜਵੇਂ ਸਾਲ ਕੀ ਹੋਊਗਾ ਇਨਕਰੀਮੈਂਟ ਲੱਗੂਗਾ ਜਿਹੜੇ ਵੀ ਸਾਲ ਤੁਸੀਂ ਭਰਤੀ ਹੋਏ ਜਿਹੜੇ ਮਹੀਨੇ ਉਸੇ ਮਹੀਨੇ ਤੁਹਾਨੂੰ ਹਰ ਸਾਲ ਇਨਕਰੀਮੈਂਟ ਲੱਗਿਆ ਕਰੇਗਾ ਇਨਕ੍ਰੀਮੈਂਟ 25500 ਸੀਗਾ ਇਨਕ੍ਰੀਮੈਂਟ ਇਨਕ੍ਰੀਮੈਂਟ ਹਮੇਸ਼ਾ ਜਿਹੜਾ ਹੈਗਾ 3% ਇਨਕਰੀਸ ਹੁੰਦਾ ਹੁੰਦਾ ਜਿੰਨੀ ਤੁਹਾਡੀ ਬੇਸਿਕ ਪੇ ਆ ਉਹਦਾ 3% ਤਾਂ 25500 ਦਾ 3% ਹੋਇਆ 765 ਰੁਪਏ ਹੁਣ ਤੁਹਾਡੀ ਬੇਸਿਕ ਹੋਗੀ ਬੇਸਿਕ ਜਿਹੜੀ ਹੈਗੀ 26265 ਹੋਗੀ ਇਹ ਬੇਸਿਕ ਹੋਗੀ ਇਸ ਦੇ ਉੱਪਰ ਹੀ ਦੁਬਾਰਾ ਫਿਰ 38% ਡੀਏ ਕੈਲਕੂਲੇਟ ਕਰ ਲੋ ਐਚਆਰ ਇਹ ਕੈਲਕੂਲੇਟ ਕਰ ਲੋ 10% ਤੇ 500 ਕਨਵੀਨੀਅன்ஸ் 500 ਮੋਬਾਈਲ 800 ਮੈਡੀਕਲ ਇਹ ਤੁਹਾਨੂੰ ਮਿਲੇਗਾ ਇਹਦੇ ਕੈਲਕੂਲੇਟ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਅਗਲੇ ਸਾਲ ਕੀ ਹੋਇਆ 6ਵੇਂ ਸਾਲ ਫਿਰ 26265 ਤੇ ਫਿਰ ਤੁਹਾਡਾ 3% ਇਨਕਰੀਮੈਂਟ ਲੱਗੀ ਹੁਣ ਤੁਹਾਡੀ ਬੇਸਿਕ ਹੋ ਗਈ 27052 ਐਵੇਂ ਕਰਦੇ ਕਰਦੇ ਤੇ ਤੁਹਾਡੀ ਜਿਹੜੀ ਹੈਗੀ ਜਦ ਤੱਕ ਤੁਸੀਂ ਸਰਵਿਸ ਤੇ ਹੋ ਉਦੇ ਤੱਕ ਤੁਹਾਨੂੰ ਇਨਕਰੀਮੈਂਟ ਬੇਸਿਕ ਤੇ 3% ਇਨਕਰੀਸ ਕਰਕੇ ਤੁਹਾਨੂੰ ਜਿਹੜੀ ਡੀਏ ਉਹ ਲੱਗਦੀ ਮਿਲਦੀ ਰਹੂਗੀ ਤੇ ਉਸ ਤੋਂ ਬਾਅਦ ਕੀ ਹੁੰਦਾ ਜਿਵੇਂ ਮਹਿੰਗਾਈ ਜਿਹੜੀ ਹੈਗੀ ਹੈ ਵੱਧ ਰਹੀ ਹੈ ਉਹਦੇ ਹਿਸਾਬ ਨਾਲ ਤੁਹਾਡਾ ਡੀਏ ਇਨਕਰੀਸ ਕਰ ਦਿੱਤਾ ਜਾਵੇਗਾ ਜਿਵੇਂ ਤੁਹਾਨੂੰ 38% ਮਿਲ ਰਿਹਾ ਬਾਤوں ਕੀ ਬਤਾ ਤੁਹਾਡੇ 4-5 ਸਾਲ ਦੀ ਸਰਵਿਸ ਦੇ ਬਾਅਦ ਜਿਹੜਾ ਹੈਗਾ 40-42% ਹੋ ਜਾਏ ਐਚਆਰਏ ਵਾਜੇ ਮੈਡੀਕਲ ਫੋਨ ਅਲੋਨਸ ਇਹ ਤੁਹਾਡੇ ਜਿਹੜੇ ਹੈਗੇ ਨੇ ਇਨਕਰੀਸ ਉਹ ਹੋ ਜਾਣਗੇ ਤਾਂ ਮੰਨ ਕੇ ਚੱਲੋ ਤਾਂ ਤੁਹਾਡੇ ਇਨ ਹੈਂਡ ਜਿਹੜੀ ਹੈਗੀ ਹੈ 4th ਇਅਰ 35000 ਜਿਹੜੀ ਤਨਖਾਹ ਉਹ ਤੁਹਾਨੂੰ ਮਿਲਿਆ ਕਰੇਗੀ ਤਾਂ ਇਹ ਸੀਗਾ ਜੀ ਸਾਰਾ ਪ੍ਰੋਸੈਸ ਇਹ ਹੈਡ ਕਨਸਟੇਬਲ ਜੇਕਰ ਤੁਸੀਂ ਲਗਦੇ ਹੋ 25-500 ਦੇ ਬੇਸਿਕ ਤੇ ਤੁਹਾਨੂੰ ਤੁਹਾਡੀ ਤਨਖਾਹ ਜਿਹੜੀ ਹੈਗੀ ਉਹ ਕਿੰਨੀ ਹੋਵੇਗੀ ਤਾਂ ਜੇਕਰ ਕਿਸੇ ਨੇ ਕਿਸੇ ਹੋਰ ਭਰਤੀ ਬਾਰੇ ਵੀ ਪੁੱਛਣਾ ਹੈ ਤਨਖਾਹ ਦੇ ਬਾਰੇ ਤਾਂ ਨੀਚੇ ਕਮੈਂਟ ਕਰ ਸਕਦੇ ਤਾਂ ਕਿ ਆਪਾਂ ਉਹਦੇ ਲਈ ਇੱਕ ਸੈਪਰੇਟ ਵੀਡੀਓ ਬਣਾ ਸਕੀਏ ਤਾਂ ਤੁਹਾਨੂੰ ਦੱਸ ਸਕੀਏ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਹੈ ਧੰਨਵਾਦ